ਕੰਮ ਕਰਦੇ ਆਦਮੀ ਦਾ ਇਹ ਮਾਡਲ ਬਹੁਤ ਸਾਰੀਆਂ ਮਕੈਨੀਕਲ ਕੰਟਰੈਪਸ਼ਨ ਵਰਤਦਾ ਹੈ, ਇਸ ਲਈ ਤੁਹਾਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਲੋੜ ਹੈ। ਇਸ ਲਈ ਤੁਹਾਨੂੰ ਕੋਰੂਗੇਟਿਡ ਕਾਗਜ਼ ਚਾਹੀਦਾ ਹੈ। ਇਸ ਨੂੰ ਤੁਸੀਂ ਪਿਨੀਅਨ ਬਣਾਉਣ ਲਈ ਬੋਤਲ ਦੇ ਆਲੇ ਦੁਆਲੇ ਲਪੇਟੋਗੇ ਅਤੇ ਰੈਕ ਬਣਾਉਣ ਲਈ ਇੱਕ ਕਾਰਡਬੋਰਡ ਜੋੜ ਦੇਵੋਗੇ। ਜਦੋਂ ਤੁਸੀਂ ਪਿਨੀਅਨ ਨੂੰ ਘੁਮਾਓਗੇ ਤਾਂ ਰੈਕ ਅੱਗੇ ਅਤੇ ਪਿੱਛੇ ਚੱਲੇਗਾ। ਰੈਕ ਨੂੰ ਦੋ ਸਟੈਂਡਾਂ ਉੱਪਰ ਰੱਖ ਦਿਓ ਅਤੇ ਫਿਰ ਉਸਦੇ ਆਲੇ ਦੁਆਲੇ ਡੱਬਾ ਬਣਾ ਦਿਓ। ਪਿਨੀਅਨ ਬਣਾਉਣ ਲਈ ਦੋ ਮੋਰੀਆਂ ਕੱਢ ਲਓ। ਜੇ ਤੁਸੀਂ ਰੈਕ ਨੂੰ ਘੁਮਾਓਗੇ ਤਾਂ ਪਿਨੀਅਨ ਸੱਜੇ ਖੱਬੇ ਸਿੱਧੀ ਲਾਈਨ ਵਿੱਚ ਹਿੱਲੇਗਾ। ਇਹ ਪ੍ਰਕਿਰਿਆ ਘੁੰਮਣ ਵਾਲੀ ਪ੍ਰਕਿਰਿਆ ਨੂੰ ਸਿੱਧੀ ਲਾਈਨ ਵਾਲੀ ਪ੍ਰਕਿਰਿਆ ਵਿੱਚ ਬਦਲ ਦੇਵੇਗੀ। ਜਿਵੇਂ ਹੀ ਤੁਸੀਂ ਐਕਸਲ ਨੂੰ ਘੁਮਾਓਗੇ ਤਾਂ ਨੀਲਾ ਪਲੈਟਫਾਰਮ ਸੱਜੇ ਖੱਬੇ ਹਿੱਲੇਗਾ। ਦੋ ਪਲਾਸਟਿਕ ਦੇ ਢੱਕਣਾਂ ਨੂੰ ਜੋੜ ਲਓ ਜਿਨ੍ਹਾਂ ਵਿੱਚੋਂ ਇੱਕ ਛੋਟਾ ਲਾਲ ਰੰਗ ਦਾ ਹੋਵੇ ਅਤੇ ਇੱਕ ਵੱਡਾ ਪੀਲੇ ਰੰਗ ਦਾ ਹੋਵੇ। ਪੀਲੇ ਢੱਕਣ ਨੂੰ ਹੈਂਡਲ ਲੱਗਾ ਹੋਣਾ ਚਾਹੀਦਾ ਹੈ। ਹਿੱਲਣ ਵਾਲੀਆਂ ਸਲੀਵਾਂ ਅਤੇ ਸਟਰੋ ਨਾਲ ਇੱਕ ਬੰਦਾ ਬਣਾ ਲਓ। ਆਫ ਸੈਂਟਰਡ ਕ੍ਰੈਕ ਨਾਲ ਬੰਦੇ ਦੀਆਂ ਬਾਹਾਂ ਜੋੜ ਦਿਓ। ਦੋਵੇਂ ਲੱਤਾਂ ਧਰਤੀ ਨਾਲ ਟੇਪ ਨਾਲ ਜੋੜ ਦਿਓ। ਜੇ ਹੁਣ ਤੁਸੀਂ ਪਿਨੀਅਨ ਐਕਸਲ ਨੂੰ ਆਪਣੇ ਹੱਥਾਂ ਨਾਲ ਘੁਮਾਓਗੇ ਤਾਂ ਪਲੈਟਫਾਰਮ ਹਿੱਲੇਗਾ ਅਤੇ ਇੰਝ ਲੱਗੇਗਾ ਜਿਵੇਂ ਉਹ ਬੰਦਾ ਸਾਰਾ ਕੰਮ ਕਰ ਰਿਹਾ ਹੋਵੇ। ਇਸ ਕੰਟਰੈਪਸ਼ਨ ਨਾਲ ਬਹੁਤ ਸਾਰੇ ਅਸਲੀ ਖਿਡੌਣੇ ਬਣ ਸਕਦੇ ਹਨ।